ਜੇ ਆਪਾਂ USA ਦੀ ਅਮਰੀਕਾ ਦੀ ਗੱਲ ਕਰੀਏ ਤਾਂ ਇੱਕ ਨਾ ਮਿੱਥ ਬਣਿਆ ਹੋਇਆ, ਚਾਹੇ ਮੈਂ ਆਪਣੀ ਵੀ ਚਲੋ ਗੱਲ ਕਰਦਾ, ਕਈ ਵਾਰੀ ਹੁੰਦਾ ਵੀ ਯਾਰ ਇਹ USA ਜਾਣਾ ਤਾਂ 2 ਨੰਬਰ ਹੀ ਹੈ, ਔਰ ਉਹਦੇ ਲਈ ਲੋਕ 45-45 ਲੱਖ ਰੁਪਇਆ ਦੇਈ ਜਾਂਦੇ ਆ, ਲੋਕ ਜਾਈ ਜਾਂਦੇ ਆ, ਰਸਤੇ 'ਚ ਵੀ ਪਰੇਸ਼ਾਨ ਹੁੰਦੇ ਆ, ਬਹੁਤ ਸਾਰੇ ਵਾਪਸ ਵੀ ਆਉਂਦੇ ਆ, ਬਹੁਤ ਸਾਰੇ ਚਲੋ ਪਹੁੰਚ ਵੀ ਜਾਂਦੇ ਆ, ਪਰ USA ਨੂੰ ਸੋਚ ਕੇ 2 ਨੰਬਰ ਕਿਉਂ ਆਉਂਦਾ ਵੀ ਯਾਰ 2 ਨੰਬਰ ਜਾਣਾ ਪਊਗਾ? ਦੇਖੋ ਇਹ ਉਹ ਮੁਲਕ ਸੀਗਾ ਜਿਹਦਾ ਵੀਜ਼ਾ ਲੱਗਣਾ ਸਭ ਤੋਂ ਟਫ ਹੁੰਦਾ ਸੀ, ਔਰ ਮੈਂ ਕਹਿੰਦਾ ਇਹ ਉਹ ਮੁਲਕ ਹੈ ਜਿਹਦਾ ਵੀਜ਼ਾ ਲੱਗਣਾ ਸਭ ਤੋਂ ਸੌਖਾ ਹੈ, ਟਫ ਨਹੀਂ ਸਭ ਤੋਂ ਸੌਖਾ ਹੈ। ਸੋ ਜਿਹੜੇ ਬੰਦੇ ਮਲਟੀਪਲ 10 ਸਾਲੀ ਵੀਜ਼ੇ ਤੇ ਜਾਣਾ ਚਾਹੁੰਦੇ B1 B2 ਤੇ ਕੋਈ 40-50 ਲੱਖ ਖਰਚਣ ਦੀ ਲੋੜ ਨਹੀਂ ਹੈ, 5-7 ਲੱਖ ਦੀ ਗੇਮ ਹੈ, ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਇਹ ਕੰਮ ਹੁੰਦਾ ਆ। ਡਾਕੂਮੈਂਟੇਸ਼ਨ ਤੇ ਜ਼ੋਰ ਦੇਣਾ, ਆਪਣੇ ਪ੍ਰੋਫਾਈਲ ਤੇ ਜ਼ੋਰ ਦੇਣਾ, ਅਸੀਂ ਤੁਹਾਨੂੰ ਤਿਆਰੀ ਕਰਾਵਾਂਗੇ B1 B2 ਵੀਜ਼ਾ ਕਿਵੇਂ ਲੱਗੇਗਾ। ਹਰ ਬੰਦੇ ਦੀ 2 ਚੀਜ਼ਾਂ ਹੁੰਦੀਆਂ, ਇੱਕ ਪ੍ਰੋਫਾਈਲ ਕਮਜ਼ੋਰ ਹੁੰਦਾ, ਇੱਕ ਪ੍ਰੋਫਾਈਲ ਤੇਜ਼ ਹੁੰਦਾ। USA ਨੇ ਤੇਜ਼ ਪ੍ਰੋਫਾਈਲ ਨੂੰ ਵੀਜ਼ਾ ਦੇਣਾ, ਤੁਸੀਂ ਆਪਣਾ ਪ੍ਰੋਫਾਈਲ ਕਿੱਦਾਂ ਤੇਜ਼ ਬਣਾਉਣਾ ਉਹਦੇ ਲਈ ਵੀਜ਼ਾ ਪ੍ਰੈਪ ਬੈਠੀ ਹੈ, ਵੀਜ਼ਾ ਮਿਲੂਗਾ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ, ਨਾ ਤਾਂ ਡੌਂਕੀ ਲਾਉਣ ਦੀ ਲੋੜ ਹੈ, ਨਾ ਹੀ ਕੋਈ ਤੁਹਾਨੂੰ ਬਹੁਤੇ ਪੈਸੇ ਖਰਚਣ ਦੀ ਲੋੜ ਹੈ, ਚਾਹੇ B1 B2 ਹੈ ਚਾਹੇ F1 F2 ਹੈ, ਵੀਜ਼ਾ ਦੀ ਜਿਹਨੂੰ ਕਹਿ ਸਕਦੇ ਹਾਂ 90% ਸ਼ਿਓਰਟੀ ਜਾ ਰਹੀ ਹੈ। ਇਸ ਦੌਰਾਨ USA ਨੇ ਇੰਡੀਅਨਸ ਲਈ ਵੀਜ਼ੇ ਓਪਨ ਕੀਤੇ ਹੋਏ ਹੈ। ਬਿਲਕੁਲ ਸਰ, ਨਹੀਂ ਮੈਂ ਉਹ ਤਾਂ ਠੀਕ ਹੈ ਓਪਨ ਕੀਤੇ ਹੋਏ ਆ ਜਿਵੇਂ ਤੁਸੀਂ ਦੱਸਿਆ, ਪਰ ਮੈਂ ਕਹਿੰਦਾ ਲੋਕਾਂ ਦੇ ਮਨਾਂ 'ਚ ਹੁਣ ਵੀ, ਮਤਲਬ ਆਪਾਂ ਆਪੇ ਅੱਜ ਦੀ ਵੀ ਗੱਲ ਕਰਦੇ ਹਾਂ, ਚਲੋ ਪਹਿਲਾਂ 2-5 ਸਾਲ ਪਹਿਲਾਂ ਹੋ ਸਕਦਾ ਅਵੇਅਰ ਨਾ ਹੋਣ, ਅੱਜ ਦੇ ਟਾਈਮ 'ਚ ਹਰ ਬੰਦਾ ਅਵੇਅਰ ਹੈ, ਪਰ ਫਿਰ ਵੀ ਰਿਸਕ ਲੈ ਰਹੇ ਆ, 2 ਨੰਬਰ ਦੇ ਵਿੱਚ ਜਾ ਰਹੇ ਆ, ਇੰਨੇ ਇੰਨੇ ਪੈਸੇ ਵੀ ਦੇ ਰਹੇ ਆ। ਦੇਖੋ ਇਸ ਚੀਜ਼ ਨੂੰ ਮੈਂ ਕਹਿੰਦਾ ਸਰਕਾਰ ਤੋਂ ਵੀ ਬੇਨਤੀ ਹੈ ਵੀ ਜਿਹੜਾ ਇਹ ਕੰਮ ਕਰ ਰਹੇ ਆ ਲੋਕੀ, ਔਰ ਜਿਹੜਾ ਇਸ ਤਰੀਕੇ ਨਾਲ ਭੇਜ ਰਹੇ ਆ ਇਹਨੂੰ ਸਟ੍ਰਿਕਟਲੀ, ਬੱਚੇ ਸੋਚ ਕੇ ਤਾਂ ਚਲੇ ਜਾਂਦੇ ਆ ਕਿ ਪੁਰਾਣੇ ਟਾਈਮ ਪੁਰਾਣੇ ਸਮੇਂ ਹੁਣ ਉਹ ਨਹੀਂ ਰਹੇ, ਲੋਕੀ ਵਾਪਸ ਵੀ ਹੋ ਰਹੇ ਆ, ਬੈਡ ਤਜਰਬੇ ਹੋ ਰਹੇ ਆ, ਜ਼ਿੰਦਗੀ ਤੋਂ ਉੱਪਰ ਕੀ ਆ, ਕੁਛ ਵੀ ਨਹੀਂ, ਪਰਮਾਤਮਾ ਨੇ ਦਾਣਾ ਪਾਣੀ ਲਿਖਿਆ, ਅਮਰੀਕਾ ਜਾਊਂਗੇ ਤਾਂ ਜਾਊਂਗੇ, ਜ਼ਰੂਰੀ ਥੋੜ੍ਹੀ ਆ, ਅਸੀਂ ਅੰਬੈਸੀ ਤੋਂ ਡਰ ਜਾਂਦੇ ਆ ਬੱਚੇ, ਕਿਹੜੀ ਗੱਲ ਤੋਂ ਡਰਦੇ ਆ, ਉੱਥੇ ਕੋਈ ਗੋਲੀ ਥੋੜ੍ਹੀ ਚਲਾ ਰਿਹਾ, ਕੋਈ ਤੁਹਾਨੂੰ ਕੋਈ ਸਜ਼ਾ ਥੋੜ੍ਹੀ ਦੇਈ ਹੋਈ ਹੈ, ਉਹਨਾਂ ਨੇ ਤੁਹਾਨੂੰ 4 ਗੱਲਾਂ ਪੁੱਛਣੀਆਂ ਨੇ, ਤੁਸੀਂ ਵਧੀਆ ਤਰੀਕੇ ਨਾਲ ਉਸ ਗੱਲਾਂ ਦਾ ਜਵਾਬ ਦੇ ਦਿਓ, 4 ਦਿਨ ਪ੍ਰੈਕਟਿਸ ਕਰ ਲਓ ਉਸ ਗੱਲ ਦੀ, ਤੁਸੀਂ ਆਪਣਾ ਪ੍ਰੋਫਾਈਲ ਵਧੀਆ ਬਣਾ ਕੇ ਚੱਲ ਜਾਓ। ਹੁਣ USA ਤੁਸੀਂ ਇਹ ਸੋਚਿਆ ਵੀ ਅਸੀਂ ਤਾਂ ਇੰਟਰਵਿਊ ਦੇਣ ਜਾਵਾਂਗੇ, ਅਸੀਂ ਤਾਂ ਫੇਲ ਹਾਂ ਜੀ, ਪਹਿਲਾਂ ਹੀ ਆਪਣੇ ਆਪ ਨੂੰ ਫੇਲ ਸੋਚ ਕੇ ਬੈਠੇ ਹੋ ਤੇ USA ਪਹੁੰਚ ਕੇ ਵੀ ਕਾਮਯਾਬ ਨਹੀਂ ਹੋਵੋਗੇ। ਮੈਨੂੰ ਇੱਕ ਵੀ ਬੰਦਾ ਦੱਸ ਦਿਓ ਜਿਹੜਾ ਹੁਣ ਪਹੁੰਚ ਕੇ ਜਿਹਨੇ ਕਹਿ ਦਿੱਤਾ ਹੋਵੇ ਆ ਜੀ ਮੈਂ ਦਿੱਲੀ ਸ਼ਹਿਰ 'ਚ ਬੜੀ ਵੱਡੀ ਕੋਠੀ ਪਾ ਲਈ ਹੈ, ਮੈਂ ਚੰਡੀਗੜ੍ਹ 'ਚ ਬਹੁਤ ਵੱਡੀ ਕੋਠੀ ਪਾ ਲਈ ਹੈ, ਮੈਂ USA ਤੋਂ, ਉਹ ਉੱਥੇ ਜੋਗੀ ਰਹਿ ਜਾਂਦੇ ਹੋ ਜੇ ਬੱਚੇ 'ਚ ਟੈਲੈਂਟ ਹੈਗਾ, ਦਿਮਾਗ ਹੈਗਾ, B1 B2 ਵਾਲੇ 'ਚ ਹੈਗਾ, ਉਹਨੂੰ ਪਤਾ ਵੀ ਮੈਂ ਕਿੱਦਾਂ ਨਾ ਕਿੱਦਾਂ ਆਪਦੀ ਲਾਈਫ ਨੂੰ ਇਨਹੈਂਸ ਕਰਨਾ। ਮੈਂ ਹਰ ਬੱਚਾ ਅੱਜ ਕੱਲ੍ਹ ਸਾਡਾ ਪੜ੍ਹ ਲਿਖ ਗਿਆ, ਹਰ ਬਜ਼ੁਰਗ ਪੜ੍ਹ ਲਿਖ ਗਿਆ ਆ, ਸਭ ਨੂੰ ਅਵੇਅਰਨੈਸ ਹੈ, ਸੋਸ਼ਲ ਮੀਡੀਆ ਪਲੈਟਫਾਰਮ ਬਹੁਤ ਜ਼ਿਆਦਾ ਨੌਲੇਜ ਦਿੰਦਾ ਆ, ਰੀਲਸ 'ਤੇ ਬਹੁਤ ਨੌਲੇਜ ਆਉਂਦੀ ਆ। ਸੋ ਮੇਰੀ ਬੇਨਤੀ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਵੀ ਇਹ ਹੈ ਜਿਨ੍ਹਾਂ ਨੇ ਜਿਹੜੇ ਜੋਬ ਕਰ ਰਹੇ ਆ ਵੀ ਇਹਨਾਂ ਗੱਲਾਂ ਨੂੰ ਨਾ ਪਾਓ, ਬਿਲਕੁਲ ਵੀ ਨਹੀਂ। ਤੁਸੀਂ ਫਿਲਮ ਵੀ ਦੇਖੀ ਹੋਣੀ ਆ, ਹੋਰ ਵੀ ਆ ਰਹੀਆਂ ਨੇ, ਡੌਂਕੀ ਦੇ ਨਾਂ ਤੋਂ ਇਹ ਧੰਦਾ ਬੰਦ ਹੋਣਾ ਚਾਹੀਦਾ, ਇਟ ਇਜ਼ ਅ ਰੀਅਲੀ ਇਲੀਗਲ ਵੇ। ਕੀ ਪਤਾ ਤੁਸੀਂ ਉਹ ਲੱਕੀ ਬੱਚੇ ਹੋ ਕਿ ਨਹੀਂ ਜਿਹੜੇ ਬਾਰਡਰ ਕ੍ਰੋਸ ਕਰੋਗੇ, ਔਰ ਇਹ ਵੀ ਕੋਈ ਗੱਲ ਦੀ ਸ਼ੋਰਟੀ ਨਹੀਂ ਹੈ, ਬਾਰਡਰ ਕ੍ਰੋਸ ਕਰਕੇ ਵੀ ਤੁਸੀਂ ਉੱਥੇ ਰਹੋਗੇ ਕਿ ਨਹੀਂ ਰਹੋਗੇ, ਡਿਪੋਰਟ ਵੀ ਹੋ ਸਕਦੇ ਹੋ ਉੱਥੋਂ, ਇਹ ਕੋਈ ਲਾਅ ਨਹੀਂ ਹੈ ਵੀ ਅਮਰੀਕਾ ਤੁਹਾਨੂੰ ਉੱਥੇ ਰੱਖੇਗਾ ਰੱਖੇਗਾ। ਹੁਣ 2 ਸਟੇਜਾਂ ਚੱਲ ਰਹੀਆਂ ਨੇ, ਤੁਸੀਂ 35-40 ਲੱਖ ਦੇ ਕੇ ਡੌਂਕੀ ਲਾ ਕੇ ਅਮਰੀਕਾ ਪਹੁੰਚ ਗਏ, ਜਿਹੜੇ ਵੀ ਏਜੰਟ ਨੇ ਭੇਜਿਆ ਅੱਧੇ ਤਾਂ ਪਹੁੰਚਦੇ ਨਹੀਂ, ਜਿਹੜੇ ਮਾਵਾਂ ਦੇ ਲਾਲ ਨਹੀਂ ਪਹੁੰਚਦੇ ਉਹਨਾਂ ਘਰਾਂ ਦੇ ਪੁੱਛੋ ਕੀ ਬੀਤਦੀ ਹੈ, ਜਿਹੜੇ ਪਹੁੰਚ ਗਏ ਉਹਨਾਂ ਤੇ ਵੀ ਇਹ ਨਹੀਂ ਹੈਗਾ ਕਿ ਉਹ ਅਮਰੀਕਾ 'ਚ ਪੱਕੇ ਹੋਣਗੇ, ਉਹਨਾਂ ਦਾ ਬਾਰਡਰ ਤੇ ਇੰਟਰਵਿਊ ਹੁੰਦਾ, ਬਾਰਡਰ ਤੇ ਪੁੱਛਿਆ ਜਾਂਦਾ, ਕੈਂਪ 'ਚ ਪੁੱਛਿਆ ਜਾਂਦਾ, ਬਿਆਨ ਦਿੱਤੇ ਜਾਂਦੇ ਆ, ਫਿਰ ਸੋਚਦੇ ਬੱਚੇ ਚਲੋ ਇੱਕ ਵਾਰੀ ਕੈਂਪ ਤੋਂ ਬਾਹਰ ਤਾਂ ਨਿਕਲੀਏ, ਫਿਰ ਬਾਹਰ ਜਾ ਕੇ ਅਸਾਇਲਮ ਦੇ ਕੇਸ ਲਾਉਂਦੇ ਆ, ਫਿਰ ਜਾ ਕੇ ਉੱਥੇ ਬੋਲਦੇ ਆ ਵੀ ਹਾਂਜੀ ਸਾਡੀ ਜਾਨ ਨੂੰ ਖਤਰਾ ਸੀ, ਆਹ ਖਤਰਾ ਸੀ, ਉਹ ਖਤਰਾ ਸੀ, ਕਹਾਣੀਆਂ ਬਣਾਉਂਦੇ ਨੇ, ਉੱਥੇ ਲਾਅ ਫਰਮਾਂ ਦੇ ਧੱਕੇ ਖਾਂਦੇ ਆ, ਉਹਨਾਂ ਨੂੰ $17,000-17,000 ਦਿੰਦੇ ਆ, $15,000-$15,000, $20,000, ਉਹ ਪੈਸੇ ਦੇ ਕੇ ਜੀ ਸਾਡਾ ਕੇਸ ਅੱਜ ਥਰੂ ਹੋਊਗਾ, ਅੱਜ ਥਰੂ ਹੋਊਗਾ, ਅੱਜ 2-2 ਸਾਲ 3-3 ਸਾਲ ਵੇਟ ਕਰਦੇ ਆ, ਫਿਰ ਜੱਜ ਜਦੋਂ ਮੰਗਾਂਦਾ ਚਿੱਠੇ ਵੀ ਜਦੋਂ ਬਾਰਡਰ ਟੱਪ ਗਏ ਸੀ ਉਦੋਂ ਕੀ ਕਿਹਾ ਸੀ, ਹੁਣ ਕਹਾਣੀ ਕੀ ਬਣਾਈ ਹੈ,
ਏਜੰਟ ਤਾਂ ਲੈ ਗਿਆ 35-40 ਲੱਖ, ਉਹਨੇ ਤਾਂ 2-3 ਸਾਲ ਪਹਿਲਾਂ ਟਪਾਤਾ ਸੀ ਬਾਰਡਰ, ਜਾਂ ਹੁਣ ਟਪਾ ਦੂਗਾ, 2 ਸਾਲ ਬਾਅਦ ਪਤਾ ਲੱਗੂਗਾ ਹਾਂਜੀ ਨਹੀਂ ਆ ਰਹੀ, ਨਹੀਂ ਪੱਕਾ ਕੀਤਾ ਕੇਸ, ਕਿਉਂ ਤੁਸੀਂ ਉਦੋਂ ਝੂਠ ਬੋਲਿਆ ਸੀ ਜਦੋਂ ਬਾਰਡਰ ਟੱਪੇ ਸੀ, ਤੁਸੀਂ ਹੁਣ ਕੋਰਟ ਦੇ ਵਿੱਚ ਕਹਾਣੀ ਹੋਰ ਬਣਾ ਲਈ ਹੈ। ਲਾਅ ਫਰਮ ਨੇ ਕਹਿਣਾ ਅਸੀਂ ਤੈਨੂੰ ਉਦੋਂ ਕੁਝ, ਤੂੰ ਸਾਨੂੰ ਦੱਸਿਆ ਨਹੀਂ ਕਿ ਉਦੋਂ ਤੂੰ ਕੀ ਕਿਹਾ, ਸਾਡੀ ਕੋਈ ਗਲਤੀ ਨਹੀਂ ਹੈ। ਸੋ ਇਹ ਬਹੁਤ ਚੀਜ਼ਾਂ ਨੇ, ਅਸੀਂ ਸੌਖਾ ਨਾ ਸੋਚੀਏ ਡੌਂਕੀ ਵਾਲੀ ਗੇਮ ਨੂੰ, ਇਹ ਸੌਖੀ ਨਹੀਂ ਹੈ, ਇਸ 'ਚ ਪੈਸਾ ਤਾਂ ਬਹੁਤ ਇਨਵੋਲਵਡ ਹੈ, ਤੁਹਾਡੀ ਜਾਨ ਦਾ ਰਿਸਕ ਵੀ ਇਨਵੋਲਵਡ ਹੈ, ਔਰ ਉੱਥੇ ਜਾ ਕੇ ਪੱਕੇ ਨਹੀਂ ਹੋਣਾ ਇਹ ਵੀ ਇਨਵੋਲਵਡ ਹੈ, ਜ਼ਰੂਰੀ ਤੁਸੀਂ ਪੱਕੇ ਹੋਵੋਗੇ, ਹੁਣ ਰੂਲ ਚੇਂਜ ਹੋ ਗਏ ਆ। ਬਿਲਕੁਲ ਬਿਲਕੁਲ, ਬਹੁਤ ਚੰਗੇ ਔਰ ਸਪਸ਼ਟ ਤਰੀਕੇ ਦੇ ਨਾਲ ਭਾਜੀ ਨੇ ਬੜਾ ਬਰੀਫ ਦੇ ਵਿੱਚ ਦੱਸਤਾ ਵੀ ਕਿਸ ਤਰ੍ਹਾਂ ਦੇ ਨਾਲ USA ਪਹੁੰਚ ਕੇ ਤੁਹਾਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟ USA ਜਾਣਾ ਚਾਹੁੰਦੇ ਆ, ਜਿਨ੍ਹਾਂ ਨੇ 2 ਨੰਬਰ 'ਤੇ ਜਾਣ ਦਾ ਵੀ ਚਾਹੇ ਮਨ ਬਣਾਇਆ ਹੋਇਆ, ਇੱਕ ਵਾਰੀ ਕਾਲ ਕਰੋ, ਕਾਲ ਕਰ ਕਰਕੇ ਮਿਲੋ, ਮਿਲ ਕੇ ਜਾਣਕਾਰੀ ਲਓ, ਸਲਾਹ ਲਓ, ਹਰ ਬੰਦੇ ਤੋਂ ਤੁਸੀਂ 1-2-4 ਕੰਸਲਟੈਂਟ ਨੂੰ ਮਿਲੋ, ਤੁਹਾਨੂੰ ਅੱਛਾ ਲੱਗਦਾ ਤੁਸੀਂ ਅਪਲਾਈ ਕਰੋ। ਅਤੇ ਇਸ ਕਰਕੇ ਇਹ ਜਾਣਕਾਰੀ ਹੈ, ਜਿਹੜੇ ਸਟੂਡੈਂਟ ਵਿਦੇਸ਼ ਜਾਣਾ ਚਾਹੁੰਦੇ ਆ, ਸਹੀ ਤਰੀਕਾ ਅਪਣਾਓ, ਸਹੀ ਤਰੀਕੇ ਨਾਲ ਜਾਓ, ਅੱਜ ਕੱਲ੍ਹ ਨੈੱਟ ਦਾ ਯੁੱਗ ਹੈ, ਹਰ ਚੀਜ਼ ਅਵੇਲੇਬਲ ਹੈਗੀ ਹੈ, ਚੰਗੇ ਸਹੀ ਤਰੀਕੇ ਦੇ ਨਾਲ ਜਾਂਚ ਪਰਖ ਕਰਕੇ ਆਪਣੀ ਜਿਹੜੀ ਪ੍ਰੋਫਾਈਲ ਹੈ ਕਿਸੇ ਵੀ ਏਜੰਟ ਦੇ ਜਾਂ ਕੰਸਲਟੈਂਟ ਦੇ ਹੱਥ ਦੇ ਵਿੱਚ ਦਿਓ, ਜੋ ਤੁਹਾਨੂੰ ਲੱਗਦਾ ਵੀ ਇਹ ਬੰਦਾ ਮੇਰਾ ਯਾਰ ਫਿਊਚਰ ਬ੍ਰਾਈਟ ਕਰ ਸਕਦਾ, ਮੈਨੂੰ ਗਾਈਡ ਕਰ ਸਕਦਾ, ਉੱਥੇ ਜਾ ਕੇ ਵੀ ਤੁਹਾਨੂੰ ਤੁਹਾਡੀ ਸਹਾਇਤਾ ਕਰ ਸਕਦਾ USA ਦੇ ਵਿੱਚ। ਅਤੇ ਵੀਜ਼ਾ ਪ੍ਰੈਪ ਨੂੰ ਅਸੀਂ ਇਸ ਲਈ ਹੀ ਇਨਵਾਈਟ ਕੀਤਾ ਸੀ ਕਿ ਆਲਰੇਡੀ ਭਾਅ ਜੀ ਬਹੁਤ ਵਾਰ USA ਹਮੇਸ਼ਾ ਹੀ ਜਾਂਦੇ ਰਹਿੰਦੇ ਆ, ਅਤੇ ਜਦੋਂ ਹੁਣ ਕਿਤੇ ਗਏ ਤਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹਨਾਂ ਨਾਲ ਉੱਥੋਂ ਵੀ ਲਾਈਵ ਜਿਹੜਾ ਸ਼ੋ ਕਰਾਂਗੇ। ਪੱਕਾ ਪ੍ਰੋਮਿਸ ਮੇਰਾ, ਨੈਕਸਟ ਨੈਕਸਟ ਈਅਰ ਪ੍ਰੋਮਿਸ ਹੈ, ਨੈਕਸਟ ਈਅਰ ਜਦੋਂ ਵੀ ਜਾਵਾਂ, ਜਿਹੜੇ ਮਹੀਨੇ ਚ, ਜਨਵਰੀ ਚ, ਫਰਵਰੀ, ਜਿਹੜੇ ਵੀ ਮਹੀਨੇ ਜਾਊਂਗਾ, ਲਾਈਵ ਤੁਹਾਡੇ ਨਾਲ ਹੋਣੇ ਹੋਣਾ, ਇਹ ਕੰਟੀਨਿਊਟੀ ਨਹੀਂ ਟੁੱਟੇਗੀ। ਹਾਂਜੀ ਹਾਂਜੀ, ਤੇ ਬਹੁਤ ਧੰਨਵਾਦ ਹੈ ਤੁਹਾਡਾ ਭਾਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਇਸ ਕਰਕੇ ਫਿਰ ਤੋਂ ਜਿਹੜੇ ਵੀ ਸਟੂਡੈਂਟ USA ਜਾਣਾ ਚਾਹੁੰਦੇ ਆ, ਅਮਰੀਕਾ ਜਾਣਾ ਚਾਹੁੰਦੇ ਨੇ, ਸਟੱਡੀ ਤੇ ਜਾਣਾ, ਟੂਰਿਸਟ ਲਈ ਜਾਣਾ, ਜਾਂ ਕਿਸੇ ਨੇ ਵੈਸੇ ਕਿਸੇ ਨੂੰ ਮਿਲਣ ਵੀ ਜਾਣਾ, ਤੁਹਾਡਾ ਉੱਥੇ ਕੋਈ ਰਹਿੰਦਾ, ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸ਼ੋਅ ਤੋਂ ਬਾਅਦ ਕੱਲ ਮਾਰਨਿੰਗ ਦੇ ਵਿੱਚ ਵੀ ਕਾਲ ਕਰ ਲਓ, ਦਿਨੇ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਿਆ ਜਾ ਸਕਦਾ। ਹੁਣ ਤੱਕ ਥੋੜਾ ਡਿਸਕਸ ਕਰ ਰਹੇ ਸੀ ਅਸੀਂ, ਜਿਆਦਾ ਡਿਸਕਸ਼ਨ ਆ ਜਿਹੜੀ ਸਾਡੀ ਲੰਬੀ ਹੋ ਗਈ, ਇਸ ਕਰਕੇ ਕਾਲ ਨਹੀਂ ਲੈ ਪਾਏ, ਪਰ ਬੈਕ ਕਾਲ ਹੈ ਜਿਹੜੀ ਵੀਜ਼ਾ ਪ੍ਰੈਪ ਵੱਲੋਂ ਤੁਹਾਨੂੰ ਕੀਤੀ ਜਾਊਗੀ, ਹਰ ਜਾਣਕਾਰੀ ਹੈ ਜਿਹੜੀ ਤੁਹਾਨੂੰ ਦਿੱਤੀ ਜਾਊਗੀ, ਤੇ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਸਹਾਇਕ ਸਿੱਧ ਹੋਊਗੀ, ਤੁਹਾਡੇ ਫਿਊਚਰ ਦੇ ਵਿੱਚ ਤੁਹਾਡੇ ਕੰਮ ਆਊਗੀ। ਬਹੁਤ ਬਹੁਤ ਧੰਨਵਾਦ ਭਾਜੀ, ਸਤਿ ਸ਼੍ਰੀ ਅਕਾਲ, ਤੇ ਨਾਲ ਦੀ ਨਾਲ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।